ਅਗਾਂ ਜਦੋਂ ਆਇਆ ਸੀ ਪਹਿਲੇ ਇੱਥੇ ਹੁਸਾ ਤਕਰੀਬਨ ਮੈਂ ਜਾਣੇ ਨਾ ਭਾਈ ਆਪਣਾ ਮਲੱਗੜਾ ਇੰਜਣ ਲੱਗਿਆ ਹੋਇਆ ਸ਼ਰੀਫ ਦਾ ਅੱਖਾ ਰਾਸਤਾ ਭਾਈ ਇੰਜਣ ਕਿਹੜਾ ਲੱਗਿਆ ਤੁਹਾਡੇ ਦਾ ਸ਼ਰੀਫ ਦਾ ਇਹ ਕਿੰਨੀ ਹੈ ਉਸਤੇ ਹਾਰਸ ਪਾਵਰ ਕਿੰਨੀ ਹੈ 18 ਹਾਰਸ ਪਾਵਰ ਚੱਕਰ ਚੱਕਰ ਇਹਦਾ 250 ਇਹਦੀ ਐਵਰੇਜ ਕਿੰਨੀ ਹੈ ਕਿੰਨੀ ਚੱਕੀ ਤੇ ਹਾਂ ਚੱਕੀ ਦੀ ਐਵਰੇਜ ਕਿੰਨੀ ਹੈ ਇਹਦੀ 10000 ਮਨ ਘੰਟੇ ਦੀ ਐਵਰੇਜ ਡੀਜ਼ਲ ਇਸਤੇਮਾਲ ਕਰਦੇ ਹੋ ਜਾਂ ਮਿਕਸ ਕਰਦੇ ਡੀਜ਼ਲ ਕਿੰਨਾ ਮਿਕਸ ਸਾਫ ਬਲੈਲ ਤੇ ਡੀਜ਼ਲ ਘੰਟੇ 4 ਲੀਟਰ ਕੌਣ ਚਾਰ ਉਬਲੈਲ ਕਿੰਨਾ ਪਾਉਂਦੇ ਹੋ ਡੀਜ਼ਲ ਕਿੰਨਾ ਪਾਉਂਦੇ ਹੋ ਉਬਲੈਲ ਨਹੀਂ ਸਿਰਫ ਡੀਜ਼ਲ ਹੀ ਚੱਲਦਾ ਉਬਲੈਲ ਤਾਂ ਲੁਪਰੀਏ ਚੱਲਦਾ ਇਹਨਾਂ ਦਾ ਅੱਛਾ ਵਿੱਚ ਮਿਕਸ ਨਹੀਂ ਕਰਦੇ ਕਾਲੇ ਨਾਲ ਕਾਲਾ ਤੇਲ ਜਿਹੜਾ ਮਿਕਸ ਨਹੀਂ ਕਰਦੇ ਓਰੀਜਨਲ ਡੀਜ਼ਲ ਚੱਲਦਾ ਚੱਲ ਸਕਦਾ ਮਿਕਸ ਹੋਏ ਵੀ ਚੱਲ ਸਕਦਾ ਅੱਛਾ ਤੇ ਲੇਕਿਨ ਇਹ ਭਾਈ ਜਿਹੜੇ ਇਹ ਖਾਲਸ ਚਲਾਉਣੇ ਦੀ ਮੁਤਾਕਤ ਆਪਣੀ ਹੁੰਦੀ ਹੈ ਇਹ ਫਿਰ ਤੁਹਾਨੂੰ ਇਤਨੇ ਪੈਸੇ ਪੂਰੇ ਕਰ ਜਾਂਦਾ ਵੀ ਜਿੰਨਾ ਕਰ ਜਾਂਦਾ ਕਿ ਤੇਲ ਤਾਂ ਬੜਾ ਮਹਿੰਗਾ ਨਾ ਕਰ ਜਾਂਦਾ ਸ਼ਾਮ ਨੂੰ ਰੋਟੀ ਰੋਜ਼ੀ ਪੂਰੀ ਬੱਚੇ Thank you.
ਸਾਡੇ ਵੀ ਡੈਵਿਚ ਨਹੀਂ ਲੈਂਦੇ ਚਲੋ ਚਾਲੀ ਰੁਪਏ ਮਾਨ ਲਾ ਦੋ ਕਿਲੋ ਦੋ ਕਿਲੋ ਹਾਂ ਸਹੀ ਯਾਨੀ ਕਿ ਦੋ ਕਿਲੋ ਸਾਡੇ ਪਾਸ 120 ਰੁਪਏ ਲੈਂਦੇ ਨੇ ਸਿਰੋ ਉਹ ਵੀ ਹਿਸਾਬ ਬਣਦਾ 80 ਰੁਪਏ ਚਾਲੀ 120 ਦੋ ਕਿਲੋ ਦਾਣੇ ਲੈ ਲੈਂਦੇ ਹਾਂ ਦੋ ਕਿਲੋ ਲੈ ਲੈ ਤੇ 40 ਰੁਪਏ ਲੈ ਲਓ ਉਹ 120 ਵਾਲੇ ਸਾਹਿਬ ਅੱਛਾ ਆਟੇ ਦਾ ਕੀ ਫਰਕ ਹੈ ਦੂਸਰੀ ਚੱਕੀ ਦਾ ਤੇ ਇਸ ਚੱਕੀ ਦਾ ਕੀ ਫਰਕ ਹੈ ਉਹਦਾ ਇਹ ਵੀ ਛਾਣ ਛੂਣ ਸਾਰਾ ਵਿੱਚ ਪ੍ਰੈਸ ਕਰ ਦਿੰਦੇ ਹੋ ਜਾਂਦਾ ਇਹ ਜੇ ਆਟਾ ਛਾਣੀ ਨਾਲ ਛਾਣਨਾ ਹੈ ਉਹ ਪੂਰਾ ਸਾਰਾ ਲੈ ਜਾਣਾ ਤਾਂ ਖਾਲਸ ਹੀ ਆਟਾ ਬਚਣਾ ਬਾਕੀ ਕੁਝ ਨਹੀਂ ਤਾਂ ਦੀ ਨਰਮ ਰੋਟੀ ਦਾ ਉਸ ਦੇ ਸਟੇਜ ਤੇ ਤਾਕਤ ਜ਼ਿਆਦਾ ਹੈ ਨਰਮ ਪੈਰਾਂ ਦੀ ਭਾਵੇਂ 12 ਘੰਟੇ ਪੈ ਰਹੇ ਤੇ ਉਹ ਅੱਧੇ ਘੰਟੇ ਬਾਅਦ ਸੁੱਕ ਜਾਂਦੇ ਫਾਇਦਾ ਨਹੀਂ ਪਿਆਰਾ ਨੰਬਰ ਲੱਭਣ ਲਿਸਟ ਦੇ ਲੈ ਭਾਈ ਜਾਨ ਚੱਕੀ ਦੇ ਉੱਤੇ ਕਾਲੇ ਇੰਜਣ ਦਾ ਹੀ ਕਿਉਂ ਇੰਤਖਾਬ ਹੈ ਕਾਲਾ ਇੰਜਣ ਹੀ ਕਿਉਂ ਚੱਕੀ ਤੇ ਲੱਗਾ ਹੋਇਆ ਜਿੱਥੇ ਵੇਖਿਆ ਬਚਤ ਜ਼ਿਆਦਾ ਫਿਲਟਰ ਨਾਲੋਂ ਟਰੈਕਟਰ ਨਾਲੋਂ ਮੋਟਰ ਨਾਲੋਂ ਤਕਰੀਬਨ ਜਿੰਨਾ ਮੋਟਰਾਂ ਦੇ ਬਿੱਲ ਨੂੰ ਜ਼ਿਆਦਾ ਆ ਰਹੇ ਨਾ ਉਸ ਨਾਲੋਂ ਅੱਜ ਮੋੜੀ ਹੀ ਬਿਹਤਰ ਕਿਉਂਕਿ ਹਰ ਜਗ੍ਹਾ ਤੇ ਵੇਖਿਆ ਚੱਕੀ ਤੇ ਕਾਲਾ ਇੰਜਣ ਹੀ ਲੱਗਾ ਹੋਇਆ ਨਹੀਂ ਮੋਟਰਾਂ ਹੀ ਲੱਗੀਆਂ ਹੋਣ ਫਿਲਟਰ ਹੀ ਲੱਗੇ ਉਹਨੂੰ ਤਾਂ ਜਿਵੇਂ ਇਹ ਦੀ ਜਿਸ ਕਿਸੇ ਨੂੰ ਸ਼ੌਕ ਹੋਵੇ ਖਾਣ ਦੇ ਵਿੱਚ ਜ਼ਿਆਦਾ ਸ਼ੌਕ ਹੈ ਉਹ ਸਾਡੇ ਕੋਲ ਕਾਮਨ ਕਾਮੇ ਕੀ ਕਰਨਾ ਭਾਈ ਟ੍ਰੈਨ ਚੱਲਦੇ ਪੈਣ ਇੱਕ ਪਿਆ ਸਦੇ ਤਿੰਨੋਂ ਚੱਕੀਆਂ ਤਾਂ ਲੱਗੇ